ਅੰਮ੍ਰਿਤਸਰ ਦੇ ਫੋਕਲ ਪੁਆਇੰਟ ਦੇ ਵਿੱਚ ਇੱਕ ਕੱਪੜਾ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਰਕੇ ਕਾਫੀ ਜਿਹੜਾ ਮਾਲੀ ਨੁਕਸਾਨ ਹੋਇਆ, ਹਾਲਾਂਕਿ ਜਾਨੀ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਕੋਈ ਖਬਰ ਨਹੀਂ ਹੈ, ਪਰ ਜਿਸ ਜਗ੍ਹਾ ਤੇ ਹਾਲੇ ਵੀ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ ਤਾਂ ਇਹ ਫੈਕਟਰੀ ਦੇ ਅੰਦਰ ਉਹ ਥਾਂ ਹੈ ਜਿੱਥੇ ਕਿ ਜਿਹੜੀ ਲੇਬਰ ਹੈ ਜਾਂ ਜਿਹੜੇ ਇੱਥੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕੁਆਟਰ ਬਣਾ ਕੇ ਇੱਥੇ ਦਿੱਤੇ ਗਏ ਸਨ। ਪਰ ਜਦੋਂ ਅਚਾਨਕ ਅੱਗ ਲੱਗਦੀ ਹੈ ਤਾਂ ਅਫਰਾ ਤਫਰੀ ਵਾਲਾ ਮਾਹੌਲ ਬਣ ਜਾਂਦਾ। ਤੁਸੀਂ ਦੇਖੋ ਕਿ ਇਹਨਾਂ ਦੇ ਛੋਟੇ ਛੋਟੇ ਜਿਹੜੇ ਰੂਮ ਨੇ ਔਰ ਜਿਹੜੇ ਖਾਣਾ ਬਣਾਉਣ ਦੇ ਲਈ ਚੁੱਲ੍ਹੇ ਇੱਥੇ ਰੱਖੇ ਗਏ ਨੇ ਤਾਂ ਸਭ ਕੁਝ ਇਸ ਵੇਲੇ ਤਹਿਸ ਨਹਿਸ ਨਜ਼ਰ ਆ ਰਿਹਾ। ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਕਿ ਆਖਿਰਕਾਰ ਕਦੋਂ ਉਹਨਾਂ ਨੂੰ ਇਸ ਅੱਗ ਬਾਰੇ ਪਤਾ ਲੱਗਦਾ। ਪਰ ਪਹਿਲਾਂ ਤਸਵੀਰਾਂ ਦੇਖੋ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੀਆਂ ਟੀਮਾਂ ਲਗਾਤਾਰ ਤੜਕੇ ਤੋਂ ਲੱਗੀਆਂ ਹੋਈਆਂ ਨੇ, ਉਹ ਹਾਲੇ ਵੀ ਉਹਨਾਂ ਵੱਲੋਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹਾਲਾਂਕਿ ਅੱਗ ਨੂੰ ਜੋ ਹੈ ਕਾਫੀ ਹੱਦ ਤੱਕ ਕਾਬੂ ਦੇ ਵਿੱਚ ਕਰ ਲਿਆ ਗਿਆ, ਪਰ ਕਿਉਂਕਿ ਫੈਕਟਰੀ ਦੇ ਅੰਦਰ ਕੱਪੜਾ ਔਰ ਕੈਮੀਕਲ ਹੋਣ ਦੇ ਕਰਕੇ ਧੂੰਆਂ ਜੋ ਹੈ ਹਾਲੇ ਵੀ ਨਿਕਲਦਾ ਹੋਇਆ ਨਜ਼ਰ ਆ ਰਿਹਾ, ਤਾਂ ਧੂੰਏ ਦਾ ਵੱਡਾ ਗੁਬਾਰ ਜਿਹੜਾ ਹੈ ਉਸ ਦੇ ਉੱਤੇ ਕਾਬੂ ਪਾਉਣ ਦੇ ਲਈ ਤੁਸੀਂ ਦੇਖੋ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਇਸ ਦੇ ਉੱਤੇ ਕੋਸ਼ਿਸ਼ ਜੋ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਸਵੇਰ ਵੇਲੇ ਅੱਗ ਜੋ ਹੈ ਬਹੁਤ ਜ਼ਿਆਦਾ ਸੀ, ਲਗਭਗ 3 ਵਜੇ ਦੇ ਆਸ ਪਾਸ ਅੱਗ ਲੱਗਣ ਦੀ ਜਿਹੜੀ ਜਾਣਕਾਰੀ ਹੈ ਉਹ ਫਾਇਰ ਬ੍ਰਿਗੇਡ ਨੂੰ ਮਿਲਦੀ ਹੈ। ਤਾਂ ਤੁਸੀਂ ਦੇਖੋ ਕਿ ਇਹ ਉਹ ਪਰਿਵਾਰ ਨੇ ਜਿਹੜੇ ਇੱਥੇ ਰਹਿੰਦੇ ਸਨ, ਇਸ ਵੇਲੇ ਮੁਸ਼ਕਲ ਹਾਲਾਤਾਂ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਦਾ ਜਿੰਨਾ ਵੀ ਸਮਾਨ ਅੰਦਰ ਪਿਆ ਹੋਇਆ ਸੀ ਉਸ ਨੂੰ ਸਮੇਟਦੇ ਹੋਏ ਨਜ਼ਰ ਆ ਰਹੇ। ਤਾਂ ਇਹਨਾਂ ਤੋਂ ਪੁੱਛਦੇ ਕਿ ਕਦੋਂ ਅੱਗ ਦਾ ਭਾਈ ਸਾਹਿਬ ਕਦੋਂ ਤੁਹਾਨੂੰ ਪਤਾ ਲੱਗਾ ਕਿ ਅੱਗ ਜਿਹੜੀ ਹੈ ਫੈਲ ਚੁੱਕੀ ਹੈ, ਔਰ ਤੁਸੀਂ ਇੱਥੇ ਕਿੰਨੇ ਕੁ ਪਰਿਵਾਰ ਰਹਿੰਦੇ ਹੋ? ਬਾਬੂ ਜੀ 1 ਵਜੇ ਅੱਗ ਲੱਗੀ ਹੈ ਅਤੇ ਬਾਬੂ ਕੋ ਫੋਨ ਕੀਆ ਅਤੇ ਜਬ ਤੱਕ ਬਾਬੂ ਆਇਆ ਤਬ ਤੱਕ ਕਾਫੀ ਹੱਦ ਸੇ ਆਗੇ ਆਗ ਪਕੜ ਲਿਆ ਥਾ। ਕਿਤਨੇ ਪਰਿਵਾਰ ਯਹਾਂ ਰਹਤੇ ਹੋ? ਯਹਾਂ ਕਮ ਸੇ ਕਮ 25-30 ਲੋਕ ਰਹਤੇ ਹੈ। ਉਸ ਸਮੇਂ ਅਫਰਾ ਤਫਰੀ ਕਾ ਮਾਹੌਲ, ਘਰ ਮੇ ਲੋਕ ਸੋ ਵੀ ਰਹੋਗੇ, ਬੱਚੇ ਹੈ, ਬਜ਼ੁਰਗ ਹੈ? ਹਾਂ, ਸਭ ਕੋ ਸੋ ਰਹਾ ਥਾ ਅਤੇ ਮੁਸ਼ਕਿਲ ਹੋ ਗਿਆ ਹੈ, ਬਹੁਤ ਆਗ ਲੱਗੀ ਹੋਈ ਥੀ, ਆਗ ਵੀ ਥਾ, ਧੂੰਆਂ ਵੀ ਥਾ। ਤੋ ਫਿਰ ਕੈਸੇ ਆਪਣੀ ਜਾਨ ਬਚਾਈ? ਜਾਨ ਬਚਾਈ, ਪੌੜੀ ਸੇ ਕੁਛ ਲੋਕ ਗਿਰ ਗਏ, ਕੁਛ ਲੋਕ ਭਾਗ ਰਹੇ। ਇਹ ਸਾਰਾ ਸਮਾਨ ਦੇਖੋ, ਸਾਰਾ ਸਮਾਨ ਸਮੂਨ ਵੀ ਜਲ ਗਿਆ? ਹਾਂ, ਸਮਾਨ ਜਲ ਗਿਆ, ਕੱਪੜੇ ਜਲ ਗਏ, ਕਾਪੀਆਂ ਜਲ ਗਈ, ਸਭ ਕੁਛ ਜਲ ਗਿਆ, ਕਿਆ ਰਹਿ ਗਿਆ ਕੁਛ? ਔਰ ਜੋ ਮਾਲਿਕ ਕਾ ਵੀ ਕਾਫੀ ਨੁਕਸਾਨ? ਮਾਲਿਕ ਕਾ ਤੋ ਅਰੇ ਉਹ ਅਰਬੋ ਖਰਬੋ ਕੇ ਹਿਸਾਬ ਸੇ ਉਨਕੋ ਕਿਆ ਕਹਾ ਜਾ ਸਕਤਾ ਹੈ। ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਤਾਂ ਹੋਰ ਵੀ ਨੇ ਭਾਈ ਸਾਹਿਬ, ਤੁਹਾਨੂੰ ਤੁਸੀਂ ਵੀ ਇੱਥੇ ਰਹਿੰਦੇ ਹੋ ਜਾਂ ਤੁਸੀਂ ਇੱਥੇ ਅਲੱਗ ਰਹਿੰਦੇ ਹਨ? ਹਮ ਆਪਕੋ ਕਬ ਇਹ ਜਾਣਕਾਰੀ ਮਿਲੀ ਗਈ? ਹਮੇ ਸੁਬਾ ਜਾਣਕਾਰੀ ਮਿਲੀ ਤੁਮ ਯਹਾਂ ਆਏ ਹੈਂ। ਤੁਸੀਂ ਇਸੇ ਫੈਕਟਰੀ ਚ ਕੰਮ? ਜੀ ਜੀ ਜੀ, ਹਮ ਲੋਗ ਇਧਰ ਇਸੀ ਮੇ ਕਾਮ ਕਰਤੇ ਹੈਂ। 1 ਵਜੇ ਲਗੀ, ਪਤਾ ਨਹੀਂ ਲਗਾ, ਫਿਰ ਇੱਕ ਲੋਕ ਵਹਾਂ ਬਾਥਰੂਮ ਕਰਨੇ ਗਏ ਤਾਂ ਧੂੰਆਂ ਨੀਚੇ ਬਹੁਤ ਹੋ ਰਹਾ ਥਾ, ਉਸਨੇ ਸਾਰੀ ਫੈਕਟਰੀ ਮੇ ਲੋਗੋ ਕੋ ਬਤਾਇਆ ਕਿ ਯਹਾਂ ਆਗ ਲੱਗ ਗਈ ਤੋ ਸਾਰੇ ਲੋਕ ਭਗੇ ਯਹਾਂ ਸੇ ਬਾਹਰ। ਬਾਹੂ ਕੋ ਫੋਨ ਕੀਏ? ਫੈਕਟਰੀ ਮਤਲਬ ਚੱਲ ਰਹੀ ਥੀ, ਯੂਨਿਟ ਚੱਲ ਰਹਾ ਹੈ? ਨਹੀਂ, ਕਾਮ ਨਹੀਂ ਚੱਲ ਰਹਾ ਥਾ, ਬੰਦ ਸਰ, ਰਾਤ ਕੋ ਨਾਈਟ ਮੇ ਆਗ ਲੱਗੀ ਹੈ। ਉਸ ਵੇਲੇ ਜਦੋਂ ਇਹਨਾਂ ਦਾ ਕਹਿਣਾ ਕਿ ਅੱਗ ਲੱਗੀ, ਉਸ ਵੇਲੇ ਫੈਕਟਰੀ ਭਾਵੇਂ ਬੰਦ ਸੀ ਪਰ ਅਚਾਨਕ ਜਦੋਂ ਅੱਗ ਲੱਗਦੀ ਹੈ ਤਾਂ ਹਰ ਪਾਸੇ ਅਫਰਾ ਤਫਰੀ ਦਾ ਜਿਹੜਾ ਮਾਹੌਲ ਹੈ ਉਹ ਨਜ਼ਰ ਆਉਂਦਾ। ਤਾਂ ਹਾਲੇ ਵੀ ਜਿਹੜੇ ਤੁਸੀਂ ਦੇਖੋ ਕਿ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਹ ਤੁਸੀਂ ਦੇਖੋ ਕਿ ਇਹਨਾਂ ਨੂੰ ਜਿਹੜੇ ਛੋਟੇ ਛੋਟੇ ਕੁਆਟਰ ਇੱਥੇ ਬਣਾ ਕੇ ਦਿੱਤੇ ਗਏ ਨੇ, ਤਾਂ ਇਹਨਾਂ ਦੇ ਵਿੱਚ ਸਾਰੀ ਜਿਹੜੀ ਲੇਬਰ ਹੈ ਉਹ ਹਰ ਰੋਜ਼ ਦੀ ਤਰ੍ਹਾਂ ਸੋ ਰਹੀ ਸੀ, ਪਰ ਅਚਾਨਕ ਇਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਫੈਕਟਰੀ ਦੇ ਵਿੱਚ ਅੱਗ ਲੱਗ ਚੁੱਕੀ ਹੈ ਤਾਂ ਹਰ ਕੋਈ ਆਪਣੀ ਜਾਨ ਬਚਾਉਣ ਦੇ ਲਈ ਇੱਥੋਂ ਭੱਜਦਾ ਹੈ। ਪਰ ਤੁਸੀਂ ਦੇਖੋ ਕਿ ਕਾਫੀ ਜਿਹੜੇ ਕੁਆਟਰ ਇਹਨਾਂ ਦੇ ਸੜ ਕੇ ਸਵਾਹ ਹੋ ਚੁੱਕੇ ਨੇ, ਕੁਝ ਜਿਹੜੇ ਨੇ ਉਹਨਾਂ ਦੀਆਂ ਕੰਧਾਂ ਜਿਹੜੀਆਂ ਨੇ ਉਹ ਹੁਣ ਢਾਈਆਂ ਜਾ ਰਹੀਆਂ ਨੇ ਕਿਉਂਕਿ ਅੱਗ ਲੱਗਣ ਕਰਕੇ ਇਹਨਾਂ ਨੂੰ ਕਾਫੀ ਜਿਹੜਾ ਨੁਕਸਾਨ ਹੈ ਉਹ ਪਹੁੰਚਿਆ। ਤਾਂ ਲਗਾਤਾਰ ਕੋਸ਼ਿਸ਼ ਜਿਹੜੀ ਹੈ ਉਹ ਹੁਣ ਕੀਤੀ ਜਾ ਰਹੀ ਕਿ ਜਿਸ ਜਗ੍ਹਾ ਤੋਂ ਇਹ ਧੂੰਆਂ ਨਿਕਲ ਰਿਹਾ, ਕਿਉਂਕਿ ਕੈਮੀਕਲ ਔਰ ਕੱਪੜੇ ਦੇ ਕਾਰਨ ਹੀ ਇਹ ਜਿਹੜਾ ਧੂੰਆਂ ਲਗਾਤਾਰ ਜਾਰੀ ਹੈ। ਤਾਂ ਫਾਇਰ ਬ੍ਰਿਗੇਡ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਹੁਣ ਕੀ ਹਾਲਾਤ ਨੇ। ਸਰ, ਜਦੋਂ ਤੁਸੀਂ ਪਹੁੰਚੇ ਸੀ ਉਦੋਂ ਕੀ ਸਿਚੁਏਸ਼ਨ ਸੀ ਔਰ ਹੁਣ ਕੀ ਹਾਲਾਤ?
ਸਰ ਉਦੋਂ ਤਾਂ ਅਸੀਂ ਆਏ ਤੇ ਸਾਰਾ ਬਲੰਡੇ ਸੀ, ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਮਤਲਬ ਭਿਆਨਕ ਅੱਗ ਸੀ ਅਤੇ ਸਾਡਾ ਨੀਅਰੈਸਟ ਫੋਕਲ ਪੁਆਇੰਟ ਫਾਇਰ ਸਟੇਸ਼ਨ ਹੈਗਾ, ਉੱਥੋਂ ਦੋ ਫਾਇਰ ਟੈਂਡਰ ਆਏ ਸੀ ਜਿਹੜੇ ਅੱਗ 'ਤੇ ਕਾਬੂ ਪਾ ਰਹੇ ਸੀ। ਫਿਰ ਅਸੀਂ ਸਾਰੇ ਸ਼ਹਿਰ ਦੀਆਂ ਗੱਡੀਆਂ ਕੱਢਦੀਆਂ, ਘੱਟ ਕੇ 10 ਤੋਂ 15 ਗੱਡੀਆਂ ਜਿਹੜੀਆਂ ਇੱਥੇ ਆ ਗਈਆਂ ਜੀ ਮੌਕੇ 'ਤੇ। ਫਿਰ ਅਸੀਂ ਚਾਰਜ ਫਿਰ ਘੇਰਾ ਪਾ ਕੇ ਅਤੇ ਅੱਗ ਨੂੰ ਕੰਟਰੋਲ ਕਰ ਲਿਆ, ਮਤਲਬ ਬੁੱਝ ਚੁੱਕੀ ਹੈ, ਜਿਹੜੀ ਮਾੜੀ ਮੋਟੀ ਦੱਬੀ ਹੋਈ ਉਹ ਧੂੰਆਂ ਤਾਂ ਹੈਗਾ। ਬਾਕੀ ਫੈਕਟਰੀ ਫੈਲੀ ਵੀ ਬਹੁਤ ਵੱਡੇ ਇਲਾਕੇ 'ਚ, ਉਸ ਕਰਕੇ ਦਿੱਕਤ ਵੀ ਆਈ। ਹਾਂ ਦਿੱਕਤ ਆਉਂਦੀ ਹੈ ਤੁਹਾਨੂੰ ਪਤਾ, ਥੋੜ੍ਹਾ ਰਸਤਾ ਵੀ ਕੰਜਸਟਡ ਥਾ, ਬਾਕੀ ਕੋਈ ਨਹੀਂ ਕੰਟਰੋਲ ਕਰ ਲਈ। ਕੁੱਲ ਕਿੰਨੀਆਂ ਕੁ ਗੱਡੀਆਂ ਜਿਹੜੀਆਂ ਅੱਗ ਬੁਝਾਉਂਦੀਆਂ? ਸਰ ਘੱਟ ਤੋਂ ਘੱਟ 10 ਤੋਂ 12 ਗੱਡੀਆਂ, ਛੋਟੀਆਂ ਵੱਡੀਆਂ। ਅਤੇ ਉਹਨਾਂ ਨੇ ਅਲਫਾਵਨ ਮੌਲ ਅਤੇ ਨਾਲ ਦਾ ਜਿਹੜਾ ਹੋਟਲ ਹੈ ਉਹਦੇ ਵਿੱਚੋਂ ਲਿਆ ਕੇ ਪਾਣੀ, ਪਤਾ ਨਹੀਂ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 70-80 ਗੱਡੀਆਂ ਸੀ ਜਿਹੜੀਆਂ ਹੁਣ ਤੱਕ ਪਾ ਚੁੱਕੀਆਂ ਪਾਣੀ ਦੀਆਂ। ਬਿਲਕੁਲ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਇਹਨਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਉਸ ਵੇਲੇ ਬਹੁਤ ਬੁਰੇ ਹਾਲਾਤ ਸੀ, ਪਰ ਬਾਅਦ ਦੇ ਵਿੱਚ ਆਸ ਪਾਸ ਦੀਆਂ ਜਿੰਨੀਆਂ ਵੀ ਫਾਇਰ ਬ੍ਰਿਗੇਡ ਫਾਇਰ ਟੈਂਡਰ ਜਿਹੜੇ ਨੇ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ, ਔਰ 70 ਤੋਂ 80 ਉਹਨਾਂ ਦਾ ਕਹਿਣਾ ਕਿ ਗੱਡੀਆਂ ਜਿਹੜੀਆਂ ਨੇ ਵਾਰ ਵਾਰ ਇੱਥੇ ਆ ਕੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ, ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ। ਪਰ ਹੁਣ ਕਿਤੇ ਨਾ ਕਿਤੇ ਜਿਸ ਜਗ੍ਹਾ ਤੋਂ ਇਸ ਅੱਗ ਦੀ ਸ਼ੁਰੂਆਤ ਹੋ ਸਕਦਾ ਹੋਈ ਹੋਵੇ ਉਸ ਥਾਂ ਦੇ ਉੱਤੇ ਹਾਲੇ ਵੀ ਧੂੰਏ ਦਾ ਜਿਹੜਾ ਗੁਬਾਰ ਹੈ ਉਹ ਨਜ਼ਰ ਆ ਰਿਹਾ, ਤਾਂ ਉਸ ਨੂੰ ਵੀ ਜੋ ਹੈ ਕਾਬੂ ਕਰਨ ਦੇ ਲਈ ਲਗਾਤਾਰ ਫਾਇਰ ਟੈਂਡਰ ਔਰ ਫਾਇਰ ਬ੍ਰਿਗੇਡ ਦੀ ਜਿਹੜੀ ਟੀਮ ਹੈ ਉਹ ਇਸ ਕੰਮ ਦੇ ਵਿੱਚ ਲੱਗੀ ਨਜ਼ਰ ਆ ਰਹੀ ਹੈ।